ਜਿਹੜਾ ਕਸ਼ਮੀਰ ਦਾ ਮਸਲਾ ਹੈ ਉਹ ਬੜਾ ਉਲਝਿਆ ਆਇਆ ਅਤੇ ਬੜਾ ਔਖਾ ਮਸਲਾ ਹੈ ਜਿਹਦਾ ਹੱਲ ਜਿਹੜਾ ਹੈ ਹਾਲੀ ਕਿਧਰੇ ਸਾਹਮਣੇ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ਦੇ ਬਣਾਉਣ ਵਾਲੇ ਨੇ ਕਾਇਦ ਆਜ਼ਮ ਨੇ ਇਹਨੂੰ ਪਾਕਿਸਤਾਨ ਦੀ ਸ਼ਾਹਰਖ ਆਖਿਆ ਸੀ ਅਤੇ ਸ਼ਾਹਰਖ ਐਵੇਂ ਨਹੀਂ ਸੀ ਆਖਿਆ। ਇਹਦਾ ਬੜਾ ਪਰਸਪੈਕਟਿਵ ਹੈ ਕਿ ਕਿਸ ਤਰ੍ਹਾਂ ਸਾਡੀ ਸ਼ਾਹਰਖ ਹੈ ਔਰ ਇਹਦੀ ਸਾਡੇ ਪਾਕਿਸਤਾਨ ਵਾਸਤੇ ਕੀ ਅਹਿਮੀਅਤ ਹੈ। ਅਤੇ ਇਹਨੂੰ ਮੋਦੀ ਹਕੂਮਤ ਨੇ ਹੁਣ ਜ਼ਿਆਦਾ ਉਲਝਾ ਦਿੱਤਾ ਹੈ ਉਹਦੀ ਹੈਸੀਅਤ ਬਦਲ ਕੇ ਔਰ ਉੱਥੇ ਜਿਹੜੇ ਉਹ ਕੰਮ ਕਰ ਰਹੇ ਨੇ ਕਿ ਇੱਕ ਮੁਸਲਸਲ ਕਰਫਿਊ ਦਾ ਆਲਮ ਹੈ ਔਰ ਆਲਮ ਜਿਹੜਾ ਹੈ ਔਰ ਪੂਰੀ ਦੁਨੀਆ ਜਿਹੜੀ ਹੈ ਉਹ ਖਾਮੋਸ਼ ਹੈ ਕਿ ਉਹ ਬਿਲਕੁਲ ਇਹਦੇ ਬਾਰੇ 'ਚ ਕੋਈ ਗੱਲਬਾਤ ਨਹੀਂ ਕਰਦੀ ਅਤੇ ਨਾ ਹੀ ਕੋਈ ਕਸ਼ਮੀਰੀਆਂ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਹੁੰਦੀ ਹੈ। ਅਤੇ ਜੇ ਕੋਈ ਆਵਾਜ਼ ਬੁਲੰਦ ਹੋਈ ਹੈ ਤਾਂ ਉਹ ਇਮਰਾਨ ਖਾਨ ਦੀ ਆਵਾਜ਼ ਬੁਲੰਦ ਹੋਈ ਹੈ ਜਾਂ ਉਰਦਗਾਨ ਦੀ ਆਵਾਜ਼ ਬੁਲੰਦ ਹੋਈ ਹੈ ਜਾਂ ਮਹਾਤੀਰ ਨੇ ਕਸ਼ਮੀਰ ਦੀ ਗੱਲ ਕੀਤੀ ਸੀ, ਬਾਕੀ ਕਿਸੇ ਵੀ ਜ਼ੋਰ ਸ਼ੋਰ ਨਾਲ ਜਾਂ ਤਾਕਤ ਨਾਲ ਇਹ ਗੱਲ ਨਹੀਂ ਕੀਤੀ। ਅਤੇ ਉਹ ਮੋਦੀ ਜਿਹੜਾ ਹੈ ਉਹਦੇ 'ਤੇ ਮਨਸ਼ੂਰ ਇਹ ਹੈਗਾ ਸੀ ਕਿ ਮੈਂ ਕਰਨਾ ਹੈ, ਸੋ ਉਹਨੇ ਕਰ ਲਿਆ ਹੈ। ਹੁਣ ਕੋਈ ਸਮਝ ਨਹੀਂ ਆਉਂਦੀ, ਕੋਈ ਰਸਤਾ ਨਜ਼ਰ ਨਹੀਂ ਆਉਂਦਾ ਕਿ ਜਦ UN ਵੀ ਸਾਥ ਨਹੀਂ ਦੇ ਰਹੀ ਔਰ ਦੁਨੀਆ ਦੇ ਲੋਕ ਵੀ ਸਾਥ ਨਹੀਂ ਦੇ ਰਹੇ ਤਾਂ ਫਿਰ ਇਹਦਾ ਹੱਲ ਕੀ ਹੋਏਗਾ। ਇਹਦਾ ਹੱਲ ਤਾਂ ਫਿਰ ਇਹੋ ਹੀ ਹੈ ਕਿ ਪਾਕਿਸਤਾਨ ਮਜ਼ੀਦ ਸੋਲੀਡੈਰਿਟੀ ਵਿਖਾਵੇ ਕਸ਼ਮੀਰੀਆਂ ਦੇ ਨਾਲ ਔਰ ਅਸੀਂ ਉਹਨਾਂ ਦੇ ਕੌਜ਼ ਨੂੰ ਪੂਰੀ ਦੁਨੀਆ ਵਿੱਚ ਜ਼ਿਆਦਾ ਤਾਕਤ ਨਾਲ ਪ੍ਰੋਜੈਕਟ ਕਰੀਏ।